ਔਰ ਸਭ ਕੀ ਮਸਲਾ ਬਾਇਓਗੈਸ ਪਲਾਂਟਾਂ ਦਾ ਵਿਰੋਧ ਕਿਉਂ ਹੋ ਰਿਹਾ? ਕਿਉਂਕਿ ਸਾਫ ਤੌਰ ਤੇ ਜਿਹੜੇ ਲੋਕ ਲਾ ਰਹੇ ਨੇ ਉਹ ਕਹਿੰਦੇ ਨੇ ਕਿ ਸਿਰਫ ਗਲਤ ਪ੍ਰਚਾਰ ਹੋ ਰਿਹਾ, ਉਹ ਕਹਿੰਦੇ ਕੋਈ ਨੁਕਸਾਨ ਨਹੀਂ ਹੈ, ਤਾਂ ਇਹਦੇ ਨੁਕਸਾਨ ਕੀ ਨੇ ਤੇ ਜੇ ਕੋਈ ਫਾਇਦਾ ਵੀ ਹੈ ਤਾਂ ਫਾਇਦਾ ਕੀ ਹੈ? ਦੇਖੋ ਜੀ, ਜੇ ਕਿਸੇ ਨੇ ਨੁਕਸਾਨ ਦੇਖਣੇ ਆ ਤੇ ਇੱਕ ਫੈਕਟਰੀ ਚੱਲਦੀ ਆ ਘੁੰਗਰਾਣੀ ਰਾਜਪੂਤਾਂ ਦੇ ਵਿੱਚ ਬੀਜੇ ਦੇ ਕੋਲ, ਉਹ ਆ ਕੇ ਦੇਖ ਲੇ ਉੱਥੇ ਕਿੰਨੀ ਬਦਬੂ ਫੈਲੀ ਹੈ ਕਿ 10-12 ਪਿੰਡਾਂ ਦਾ ਜੀਣਾ ਹਰਾਮ ਹੋ ਗਿਆ, ਮੱਖੀਆਂ ਮੱਛਰਾਂ ਦਾ ਪਤਾ ਨਹੀਂ ਭਰਮਾਰ ਕਿੰਨੀ ਕਾ। ਦੂਜੀ ਗੱਲ ਇਹ ਕਿ ਇਹਦੇ ਵਿੱਚ ਇੱਕ ਬੜਾ ਟੈਕਨੀਕਲ ਨੁਕਸਾ ਹੈ, ਮੈਡੀਕਲ ਨੁਕਸਾ ਹੈ। ਮੈਡੀਕਲ ਨੁਕਤਾ ਇਹ ਹੈਗਾ, ਮੈਡੀਕਲ ਨੁਕਤਾ ਇਹ ਹੈਗਾ ਕਿ ਇਹ ਜਿਹੜੇ ਜਦੋਂ ਇਹ ਬਣੇਗੀ ਗੈਸ, ਔਰ ਇਹਦੇ ਨਾਲ ਕੀ ਹੋਏਗਾ ਕਿ ਜ਼ਮੀਨ ਦੇ ਵਿੱਚ ਜਿਹੜਾ ਉਹ ਬਹੁਤ ਸਾਰਾ ਪਾਣੀ ਇਸਤੇਮਾਲ ਕਰਨਗੇ ਔਰ ਉਹ ਸਲਰੀ ਬਣੇਗੀ, ਉਹ ਪਾਣੀ ਰਿਸ ਰਿਸ ਕੇ ਜ਼ਮੀਨ ਦੇ ਥੱਲੇ ਜਾਏਗਾ। ਉਹਨਾਂ ਦੇ ਵਿੱਚ ਕੈਮੀਕਲ ਹੁੰਦੇ ਨੇ ਬੁਟਾਈਲ ਫਥੈਲੇਟ। ਬੁਟਾਈਲ ਫਥੈਲੇਟ ਜਿਹੜੇ ਨੇ ਇਹ ਦੁਨੀਆ 'ਤੇ ਸਾਬਤ ਹੋ ਚੁੱਕਾ ਹੈ ਕਿ ਕੈਂਸਰ ਦਾ ਬਹੁਤ ਵੱਡਾ ਕਾਰਨ ਹੈ, ਖਾਸ ਕਰਕੇ ਬ੍ਰੈਸਟ ਕੈਂਸਰ ਦਾ। ਸਾਡੀਆਂ ਮਾਵਾਂ ਭੈਣਾਂ ਨੂੰ ਬ੍ਰੈਸਟ ਕੈਂਸਰ ਹੋਏਗੀ, ਅਸੀਂ ਉਹ ਫੈਕਟਰੀਆਂ ਕਿਉਂ ਮਨਜ਼ੂਰ ਕਰੀਏ ਜਿਹਦੇ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ, ਮਾਵਾਂ ਭੈਣਾਂ ਨੂੰ ਬ੍ਰੈਸਟ ਕੈਂਸਰ ਹੋਏਗੀ? ਦੂਜਾ, ਇਹਦੇ ਨਾਲ ਹਾਰਮੋਨਲ ਡਿਸਟਰਬੈਂਸ ਹੁੰਦੀ ਹੈ। ਹਾਰਮੋਨਲ ਡਿਸਟਰਬੈਂਸ ਹੋਣ ਨਾਲ ਸਾਡੇ ਜਿਹੜੇ ਬੱਚੇ ਹੋਣਗੇ ਆਉਣ ਵਾਲੇ ਸਮੇਂ 'ਚ, ਉਹਨਾਂ ਦੇ ਸੈਕਸ ਆਰਗਨ ਬਣਨਗੇ ਨਹੀਂ, ਉਹ ਨਪੁੰਸਕ ਪੈਦਾ ਹੋਣਗੇ, ਅੱਗੇ ਔਲਾਦ ਪੈਦਾ ਨਹੀਂ ਕਰ ਸਕਣਗੇ। ਅਸੀਂ ਫਸਲਾਂ ਨੂੰ ਰੋਂਦੇ ਹਾਂ, ਸਾਡੀਆਂ ਨਸਲਾਂ ਹੀ ਖਤਮ ਹੋ ਜਾਣਗੀਆਂ। ਅਸੀਂ ਇਹੋ ਜਿਹੀ ਟੈਕਨੋਲੋਜੀ ਨੂੰ ਕਿਉਂ ਸਵਾਗਤ ਕਰੀਏ ਜਿਹਦੇ ਨਾਲ ਅਸੀਂ ਤਾਂ ਇੱਕ ਤਾਂ ਕੈਂਸਰ ਨਾ ਮਰਾਂਗੇ, ਮੌਤ ਮਿਲੇਗੀ, ਦੂਜਾ ਸਾਡੀਆਂ ਜਿਹੜੀਆਂ ਨਸਲਾਂ ਹੀ ਤਬਾਹ ਹੋ ਜਾਣਗੀਆਂ, ਅਸੀਂ ਫਸਲਾਂ ਦਾ ਵੀ ਕੀ ਕਰਾਂਗੇ ਫਿਰ, ਜ਼ਮੀਨਾਂ ਦਾ ਵੀ ਕੀ ਕਰਾਂਗੇ? ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਹਾਂ। ਅੱਛਾ, ਤੁਸੀਂ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ, ਕੀ ਰਿਸਪੌਂਸ ਸੀ ਤੁਸੀਂ? ਕਿਉਂਕਿ ਟੈਕਨੀਕਲੀ ਜਾਂ ਸਾਇੰਟੀਫਿਕਲੀ ਸਾਰੀਆਂ ਚੀਜ਼ਾਂ ਤੁਸੀਂ ਜਦੋਂ ਉਹਨੇ ਸਾਹਮਣੇ ਰੱਖੀਆਂ ਤਾਂ ਉਹ ਤੁਹਾਡਾ ਸਹਿਮਤ ਨਜ਼ਰ ਆਏ, ਕਿਉਂਕਿ ਇਹਨੂੰ ਲੈ ਕੇ ਕੋਈ ਹੋਰ ਐਕਸਪਰਟਾਂ ਦੀ ਰਿਪੋਰਟ ਆਈ ਹੈ? ਦੇਖੋ ਜੀ, ਸਾਡੀਆਂ ਸਰਕਾਰ ਨਾਲ ਇਹ ਤੀਜੀ ਮੁਲਾਕਾਤ ਸੀਗੀ। ਪਹਿਲੀ ਮੁਲਾਕਾਤ ਸਾਡੀ ਸੈਕਟਰੀਏਟ 'ਚ ਹੋਈ ਸੀਗੀ ਪ੍ਰਿੰਸੀਪਲ ਸੈਕਟਰੀ ਵੀ ਕੇ ਸਿੰਘ ਨਾਲ, ਦੂਜੀ ਜਿਹੜੀ ਮੁਲਾਕਾਤ ਹੋਈ ਸੀ ਸਾਡੀ 20 ਤਰੀਕ ਨੂੰ ਹੋਈ ਸੀ, 20 ਅਗਸਤ ਨੂੰ PAU ਦੇ ਵਿੱਚ। ਉਹਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਇੱਕ ਕੇਂਦਰ ਦਾ ਇੱਕ ਰਿਸਰਚ ਇੰਸਟੀਚਿਊਟ ਹੈ, ਬਾਇਓਗੈਸ ਐਨਰਜੀ ਇੰਸਟੀਚਿਊਟ ਕਪੂਰਥਲੇ, ਉਹਨਾਂ ਦੀ ਟੀਮ ਆਈ ਹੋਈ ਸੀ, ਸੈਂਟਰ ਗੌਰਮੈਂਟ ਦੀ ਟੀਮ ਆਈ ਹੋਈ ਸੀ। ਉਹਦੇ ਵਿੱਚ ਇਹੀ ਗੱਲ ਕਲੀਅਰਲੀ ਸਾਬਤ ਕਰਨ 'ਚ ਕਾਮਯਾਬ ਹੋਈ ਸੀ ਕਿ ਇਹ ਕੈਂਸਰ ਫੈਕਟਰੀਆਂ ਨੇ, ਇਹਨਾਂ ਨਾਲ ਕੈਂਸਰ ਹੁੰਦੀ ਆ, ਹਾਰਮੋਨਲ ਡਿਸਰਪਸ਼ਨ ਹੁੰਦੀ ਆ। ਸਰਕਾਰ ਦਾ ਕੋਈ ਵੀ ਐਕਸਪਰਟ ਉਹਨਾਂ ਦੀ ਕੱਟ ਨਹੀਂ ਸੀ ਕਰ ਪਾਇਆ। ਹੁਣ ਸਰਕਾਰ ਬਿਲਕੁਲ ਹੀ ਮਤਲਬ ਇਸ ਮਾਮਲੇ ਨੂੰ ਖਿੱਚਣਾ ਚਾਹੁੰਦੀ ਆ, ਲਟਕਾਉਣਾ ਚਾਹੁੰਦੀ ਆ, ਇਹਨੂੰ ਟਾਲਣਾ ਚਾਹੁੰਦੀ ਆ, ਉਹ ਹੋਰ ਨਵੀਂ ਕਮੇਟੀ ਦੀ ਗੱਲ ਕਰ ਰਹੀ ਆ। ਅਸੀਂ ਕਹਿੰਦੇ ਚਲੋ ਉਹ ਵੀ ਵੈਲਕਮ, ਉਹ ਕਹਿ ਰਿਹਾ ਕਿ ਅਗਲੇ 10 ਦਿਨਾਂ ਦੇ ਵਿੱਚ ਸਾਰਾ ਪ੍ਰੋਸੈਸ ਪੂਰਾ ਹੋਏਗਾ, ਸਾਨੂੰ ਤਾਂ ਡਾਊਟ ਹੈ ਕਿ 10 ਦਿਨਾਂ 'ਚ ਕੋਈ ਪ੍ਰੋਸੈਸ ਪੂਰਾ ਨਹੀਂ ਹੋਣਾ। ਅਗਰ ਸਰਕਾਰ ਕੋਈ ਇਹੋ ਜਿਹੀ ਕਮੇਟੀ ਬਣਾਉਂਦੀ ਆ, ਅਸੀਂ ਉਹਦਾ ਵੀ ਸਵਾਗਤ ਕਰਦੇ ਹਾਂ। ਤੁਸੀਂ ਆਪਣੇ ਨਵੇਂ ਐਕਸਪਰਟ ਲੈ ਆਓ, ਤੁਸੀਂ ਜਿਹੜਾ ਸੱਪ ਕੱਢਣਾ ਕੱਢ ਲਓ, ਪਰ ਇਹ ਕੈਂਸਰ ਫੈਕਟਰੀਆਂ ਨੇ ਇਹ ਸਾਬਤ ਹੋ ਕੇ ਹੀ ਰਹੇਗਾ। ਅੱਛਾ, ਹੁਣ ਇੱਕ ਐਕਸਪਰਟ ਦੀ ਕਮੇਟੀ ਬਣਾਉਣ ਦੀ ਗੱਲ ਹੋਈ ਹੈ, ਉਹ ਕਮੇਟੀ ਆਪਣੀ ਰਿਪੋਰਟ ਪੇਸ਼ ਕਰੇਗੀ, ਵਿਗਿਆਨੀ ਵੀ ਹੋਣਗੇ, ਤੁਸੀਂ ਵੀ ਹੋਵੋਗੇ, ਸਰਕਾਰ ਵੀ ਹੋਏਗੀ, ਉਹਦੀ ਜਿਹੜੀ ਰਿਪੋਰਟ ਸਾਹਮਣੇ ਆਉਂਦੀ ਹੈ ਜਦੋਂ, ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਤੁਸੀਂ ਸੈਟੀਸਫਾਈ ਹੋਵੋਗੇ? ਜੇ ਸਰਕਾਰ ਤੁਹਾਡੇ ਮੁਤਾਬਕ ਫੈਸਲਾ ਲੈਂਦੀ ਹੈ ਤਾਂ ਫਿਰ ਤਾਂ ਗੱਲ ਨਹੀਂ ਪੜਗੀ, ਪਰ ਜੇ ਸਰਕਾਰ ਇਹ ਸਾਬਤ ਕਰਨ ਦੇ ਵਿੱਚ ਕਾਮਯਾਬ ਹੁੰਦੀ ਉਸ ਕਮੇਟੀ ਦੇ ਰਾਹੀਂ ਕਿ ਕਿਤੇ ਨਾ ਕਿਤੇ ਉਹਨਾਂ ਦਾ ਉਹ ਨੁਕਸਾਨ ਨਹੀਂ ਹੈ ਜਿੰਨਾ ਇਸ ਵੇਲੇ ਚਰਚਾ ਚੱਲ ਰਹੀ ਆ, ਫਿਰ ਅੱਗੇ ਤੁਹਾਡਾ ਕੀ ਰੁਖ ਰਹਿਣ ਵਾਲਾ? ਦੇਖੋ ਜੀ, ਕਮੇਟੀ ਬਣ ਲੈਣ ਦਿਓ, ਕਮੇਟੀ ਵਿੱਚ ਸਾਰੀ ਚਰਚਾ ਨੁਕਤਾਬਾਜ਼ੀ ਹੋਏਗੀ, ਨੁਕਤਾਬਾਜ਼ੀ ਚਰਚਾ ਵਿੱਚ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ, ਨੰਬਰ ਇੱਕ। ਨੰਬਰ ਦੋ ਦੇ ਉੱਤੇ ਸਰਕਾਰ ਨੂੰ ਇਹ ਲੱਗਦਾ ਕਿ ਇਹ ਇੱਕ ਸਾਇੰਟਿਸਟ ਨੂੰ ਘੇਰਨ ਵਾਸਤੇ ਅਸੀਂ 15 ਸਾਇੰਟਿਸਟ ਖੜੇ ਕਰ ਦਿਆਂਗੇ, ਔਰ 15 ਸਾਇੰਟਿਸਟਾਂ ਦੀ ਭੀੜ ਰਲ ਕੇ ਇੱਕ ਸਾਇੰਟਿਸਟ ਨੂੰ ਘੇਰ ਲਵੇਗੀ, ਇਦਾਂ ਹੋਣਾ ਨਹੀਂ। ਪਹਿਲੀ ਗੱਲ, ਅਸੀਂ ਸਰਕਾਰ ਨੂੰ ਇਹ ਦਰਖਾਸਤ ਕੀਤੀ ਸੀ ਵੀ ਤੁਸੀਂ ਸਾਨੂੰ ਕਮੇਟੀ ਵਿੱਚ ਦੱਸ ਦਿਓ ਤੁਹਾਡੇ ਐਕਸਪਰਟ ਕਿੰਨੇ ਨੇ, ਤਾਂ ਕਿ ਅਸੀਂ ਵੀ ਆਪਣੇ ਉਸ ਗਿਣਤੀ ਦੇ ਵਿੱਚ ਐਕਸਪਰਟਾਂ ਦੀ ਗਿਣਤੀ ਤੁਹਾਨੂੰ ਦੇ ਸਕੀਏ। ਪਰ ਪਤਾ ਨਹੀਂ ਸਰਕਾਰ ਨੂੰ ਇਹ ਮਨਜ਼ੂਰ ਹੋਏਗਾ ਜਾਂ ਨਹੀਂ ਹੋਏਗਾ। ਫਿਰ ਵੀ ਅਸੀਂ ਚਲੋ, ਜੋ ਸਰਕਾਰ ਕਮੇਟੀ ਬਣਾਉਂਦੀ ਹੈ, ਇੱਕ ਪਹਿਲ ਤਾਂ ਅੱਗੇ ਵਧੇਗੀ, ਜੋ ਵੀ ਹੋਏਗਾ ਉਹਦੇ ਵਿੱਚ ਅਸੀਂ ਦੇਖਾਂਗੇ ਅਸੀਂ ਕੀ ਕਰਨਾ। ਪਰ ਮੈਨੂੰ ਲੱਗਦਾ ਕਿ ਸਰਕਾਰ ਸਾਡੇ ਨੁਕਤਿਆਂ ਦਾ ਜਵਾਬ ਨਹੀਂ ਦੇ ਪਾਏਗੀ। ਤਾਂ ਫਿਰ ਤੁਹਾਡੇ ਕਹਿਣ ਦਾ ਭਾਵ ਹੈ ਕਿ ਇਹ ਬਾਇਓਗੈਸ ਪਲਾਂਟ ਪੰਜਾਬ ਦੇ ਵਿੱਚ ਕਿਸੇ ਕੀਮਤ ਤੇ ਮਨਜ਼ੂਰ ਨਹੀਂ? ਨਹੀਂ ਹੋਣਗੇ। ਸਰਕਾਰ ਨੂੰ ਇਹ ਲੱਗਦਾ ਕਿ ਜੋ ਸਰਕਾਰੀ ਸਾਇੰਟਿਸਟ ਨੇ, ਜੋ ਸਰਕਾਰ ਕੋਲੋਂ ਤਨਖਾਹਾਂ ਲੈਂਦੇ ਨੇ, ਜੋ ਸਰਕਾਰ ਦੇ ਅਹੁਦਿਆਂ 'ਚ ਹੈਗੇ ਨੇ, ਜੋ ਸਰਕਾਰ ਦੇ ਤੋਤੇ ਨੇ, ਉਹਨਾਂ ਕੋਲੋਂ ਉਹ ਆਪਣੀ ਮਰਜ਼ੀ ਦਾ ਕੁਝ ਲਿਖਵਾ ਲੈਣਗੇ। ਇਦਾਂ ਹੀ ਹੋਣ ਨਹੀਂ ਦਿਆਂਗੇ।